ਅੰਮ੍ਰਿਤਸਰ ਦਾ 2.5 ਸਾਲ ਦਾ ਬੱਚਾ ਐਮਾਜ਼ੋਨ ਵਰਗੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਕਰਦਾ ਪਿਆ ਇੱਕ ਕੰਮ, ਕੀ ਇਹ ਪੂਰੀ ਕਹਾਣੀ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ। 2.5 ਸਾਲ ਦਾ ਬੱਚਾ ਬੰਬੇ ਦਿੱਲੀ ਵਿੱਚ ਜਾ ਕੇ ਐਮਾਜ਼ੋਨ ਵਰਗੀਆਂ ਕੰਪਨੀਆਂ ਦੇ ਵਿੱਚ ਕੀ ਕਰਦਾ ਆ ਔਰ ਕਿਵੇਂ ਮਾਂ ਪਿਓ ਦਾ ਸਹਾਰਾ ਬਣਦਾ ਪਿਆ। ਮੇਰਾ ਨਾਮ ਸੰਦੀਪ ਕੌਰ ਆ, ਅਸੀਂ ਹਰਕ੍ਰਿਸ਼ਨ ਨਗਰ ਛਿਆਟਾ ਦੇ ਰਹਿਣ ਵਾਲੇ ਹਾਂ। ਮੇਰੇ ਬੇਟੇ ਦਾ ਨਾਮ ਏਕਮਜੋਤ ਸਿੰਘ ਆ, 3 ਈਅਰਸ ਦਾ ਹੈਗਾ ਬੇਟਾ ਮੇਰਾ। ਹਾਂਜੀ, ਐਕਚੁਲੀ ਇਹ ਨਾ ਮਤਲਬ ਐਮਾਜ਼ੋਨ ਬ੍ਰਾਂਡ ਹੈਗਾ ਵਾ ਜਿਹਦੇ ਵਾਸਤੇ ਸ਼ੂਟ ਕਰਦਾ ਸੀਗਾ ਪਹਿਲਾਂ, ਹੁਣ ਵੱਖ ਵੱਖ ਕੰਪਨੀਆਂ ਜਿੱਥੋਂ ਸਾਨੂੰ ਆਫਰਾਂ ਆ ਰਹੀਆਂ ਬੱਚੇ ਵਾਸਤੇ। ਅਤੇ ਪਹਿਲਾਂ ਇਹ ਬੰਬੇ ਨਿਊ ਦਿੱਲੀ ਵਗੈਰਾ ਸ਼ੂਟ ਕਰਕੇ ਆਇਆ ਹੈ। ਆਹ ਇਹਨਾਂ ਦਾ ਮਤਲਬ ਕਾਰਡ ਬਣਿਆ ਹੈਗਾ ਹੈ ਮੂਵੀ ਵਾਸਤੇ, ਮੂਵੀ ਇੰਡਸਟਰੀ ਵਾਸਤੇ। ਅਤੇ ਐਕਚੁਲੀ ਅਸੀਂ ਬੱਚੇ ਦੀਆਂ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਸੀ, 1 ਈਅਰਸ ਹੋ ਗਿਆ ਸੀਗਾ ਸਾਨੂੰ ਕਿ ਆਪਣੇ ਬੱਚੇ ਦੀਆਂ ਡੇਲੀ ਹੀ ਇੱਕ ਤੋਂ ਇੱਕ ਅਪਡੇਟ ਕਰ ਪਾਉਂਦੇ ਸੀਗੇ। ਅਤੇ ਸਟਾਰ ਆਈਸ ਮੀਡੀਆ ਵਾਲੇ ਹੈਗੇ ਆ, ਉਹਨਾਂ ਨੇ ਸਾਡੇ ਬੱਚੇ ਦੀ ਫੋਟੋ ਕਲੈਕਟ ਕੀਤੀ ਅਤੇ ਉਹ ਤੋਂ ਬਾਅਦ ਇਹਨੂੰ 3500 ਬੱਚਿਆਂ 'ਚੋਂ ਸਿਲੈਕਸ਼ਨ ਹੋਇਆ ਸੀ ਇਹਦਾ ਫਸਟ ਟਾਈਮ ਐਮਾਜ਼ੋਨ ਬ੍ਰਾਂਡ ਵਾਸਤੇ। ਹੁਣ ਜਿਹੜੀ ਸਿਲੈਕਸ਼ਨ ਹੋਈ ਆ 4 ਲੱਖ ਬੱਚੇ ਆ, ਉਹਨਾਂ 'ਚੋਂ ਸਿਲੈਕਸ਼ਨ ਹੋਈ ਮੇਰੇ ਬੇਟੇ ਦੀ। ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਕਿ ਮੇਰਾ ਬੱਚਾ ਇਹੋ ਜਿਹੀਆਂ ਬੁਲੰਦੀਆਂ ਹਾਸਲ ਕਰਦਾ ਪਿਆ ਹੈ ਐਂਡ ਮੈਂ ਆਪਣੇ ਬੱਚੇ ਨੂੰ ਪੂਰੀ ਸਪੋਰਟ ਕਰਦੀ ਪਈ ਹਾਂ। ਨਹੀਂ ਸਰ, ਮੈਂ ਕਦੀ ਨਹੀਂ ਸੀ ਸੋਚਿਆ। ਹਾਂਜੀ, ਪਿਤਾ ਉਹ ਐਗਰੀਕਲਚਰ ਖੇਤੀਬਾੜੀ ਦਾ ਹੀ ਹੈ ਸਾਡਾ। ਹਾਂਜੀ ਹਾਂਜੀ, ਉਹ ਤਾਂ ਚਲੋ ਹੈ ਹੀ ਆ। ਚਲੋ ਅਸੀਂ ਤਾਂ ਆਪਣੇ ਬੱਚੇ ਦੀਆਂ ਐਕਟੀਵਿਟੀਆਂ ਪਾਉਂਦੇ ਸੀਗੇ ਕਿ ਸਾਡਾ ਬੱਚਾ ਇਹ ਐਕਟੀਵਿਟੀ ਕਰਦਾ ਜਾਂ ਐਵੇਂ ਦਾ ਹੈ ਸਾਡਾ ਬੱਚਾ, ਅਤੇ ਐਕਟੀਵਿਟੀਆਂ ਹੀ ਅਸੀਂ ਵੀਡੀਓ ਰੋਜ਼ ਡੇਲੀ ਇਹਦੀ ਵੀਡੀਓ ਅਪਡੇਟ ਕਰਦੇ ਸੀਗੇ ਇੰਸਟਾਗ੍ਰਾਮ 'ਤੇ, ਉੱਥੋਂ ਇਹਦੀ ਸਿਲੈਕਸ਼ਨ। ਹਾਂਜੀ, ਕਾਫੀ ਜ਼ਿਆਦਾ ਔਫਰਾਂ ਆ ਰਹੀਆਂ, ਮੂਵੀ ਵਾਸਤੇ ਵੀ ਔਫਰ ਆ ਰਹੀ ਆ। ਹੁਣ ਅਸੀਂ ਬੰਬੇ ਜਾਣਾ ਹੈ, ਪਹਿਲਾਂ ਜਲੰਧਰ ਸ਼ੂਟ ਹੈਗਾ, ਉਸ ਤੋਂ ਬਾਅਦ ਅਸੀਂ ਬੰਬੇ ਜਾ ਰਹੇ ਹਾਂ। ਵੀਰ ਜੀ, ਮੇਰਾ ਨਾਮ ਗੁਰਮੀਤ ਸਿੰਘ ਸੋਨੀ, ਮੈਂ ਕਾਲੇ ਪਿੰਡ ਦਾ ਰਹਿਣ ਵਾਲਾ। ਮੇਰਾ ਭਤੀਆ ਭਨੇਵਾ ਵਾ ਜੀ, ਏਕਮਜੋਤ ਇਹਦਾ ਨਾਮ ਆ। ਇਹ 2.5 ਸਾਲ ਦੀ ਉਮਰ ਹੈ ਜੀ। ਹਾਂਜੀ ਹਾਂਜੀ, ਇਹ ਵੀਰ ਜੀ ਇੰਸਟਾਗ੍ਰਾਮ ਤੋਂ ਹੀ ਇਹ ਬੁਲੰਦੀਆਂ 'ਚ ਛੂ ਰਿਹਾ ਹੈ। ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਵੀ ਇਹ ਇਹਨੂੰ ਵੀ ਜ਼ਿਆਦੀਆਂ ਬੁਲੰਦੀਆਂ ਦੇ ਵਿੱਚ ਛੂਵੇ ਅਤੇ ਸਾਡਾ ਨਾਮ ਰੋਸ਼ਨ ਕਰੇ। ਇਹ ਮੋਹਾਲੀ, ਬੰਬੇ, ਜਲੰਧਰ, ਦਿੱਲੀ, ਨਿਊ ਦਿੱਲੀ ਇਹ ਜਾ ਕੇ ਸ਼ੋਟ ਕਰਕੇ ਆਇਆ ਜੀ। ਇਹ ਜੀ ਇੱਕ ਐਮਾਜ਼ੋਨ ਆ ਅਤੇ ਹੋਰ ਵੀ ਹੈਗੀਆਂ, ਇੱਕ ਦੋ ਹੋਰ ਵੀ ਆ ਜਿਹੜੀਆਂ ਸ਼ੂਟ ਕਰਕੇ ਆਇਆ ਵਾ ਅਤੇ ਬਹੁਤ ਵਧੀਆ ਆਨੰਦ ਮਾਰਨ ਡਏ ਆ ਬੱਚਾ ਬਈ ਬੁਲੰਦੀਆਂ ਨੂੰ, ਉਹਨੇ ਬਹੁਤ ਖੁਸ਼ੀ ਹੋ ਰਹੀ ਹੈ। ਨਹੀਂ ਵੀਰ ਜੀ, ਇਹ ਕਦੀ ਸੋਚਿਆ ਹੀ ਨਹੀਂ ਵੀ ਇਹ ਨਿੱਕੀ ਉਮਰੇ ਇਹਨਾਂ ਬੁਲੰਦੀਆਂ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੂਗਾ। ਇਹਨੂੰ ਜੀ ਔਫਰਾਂ ਬਹੁਤ ਜ਼ਿਆਦਾ ਆ ਰਹੀਆਂ ਨੇ, ਜਲੰਧਰੋਂ ਆ ਰਹੀ ਆ, ਫਿਰ ਬੰਬਿਓਂ ਆ ਰਹੀ ਆ, ਹੋਰ ਵੀ ਕਈ ਕਈ ਥਾਵਾਂ ਤੋਂ ਇਹਨੂੰ ਔਫਰ ਆ ਰਹੀ ਆ। ਅਸੀਂ ਤਾਂ ਅਸੀਂ ਸਾਰਿਆਂ ਨੂੰ ਇਹੋ ਹੀ ਕਹਿੰਦੇ ਹਾਂ ਮਾਂ ਪਿਓ ਨੂੰ ਜਾਂ ਮਾਤਾ ਪਿਤਾ ਨੂੰ ਵੀ ਆਪਣੇ ਬੱਚੇ ਦੀ ਪੂਰੀ ਸਪੋਰਟ ਕਰਿਆ ਕਰਨ ਕਿ ਬੱਚਾ ਵਧੀਆ ਆਪਣੀ ਜਨਰੇਸ਼ਨ ਦੇ ਵਿੱਚ ਵਧੀਆ ਕਾਮਯਾਬ ਹੋਵੇ ਅਤੇ ਵਧੀਆ ਬੁਲੰਦੀਆਂ ਤੱਕ ਜਾਵੇ।